ਸਸ਼ੀਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ ਚ ਨਸ਼ੇ ਤਸਕਰ ਦਿਨੋ ਦਿਨ ਵਾਧੇ ਜਾ ਰਹੇ ਨੇ ਪਰ ਸਰਕਾਰ ਅਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਪਰ ਕੁਝ ਪੁਲਿਸ ਅਧਿਕਾਰੀ ਇਸ ਅਹੁਦੇ ਦਾ ਨਾਮ ਹੀ ਖਰਾਬ ਕਰਦੇ ਨੇ ਤੇ ਉੱਥੇ ਹੀ ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪੁਲਿਸ ਅਧਿਕਾਰੀ ਤੇ ਕੈਦੀ ਦੀ ਵੀਡੀਓ ਕਾਫੀ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਤੇ ਕੈਦੀ ਦੇ ਹੱਥ ਕੜੀਆਂ ਪਾਈਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਸ ਅੱਡੇ ਦੀ ਪੁਲਿਸ ਮੁਲਾਜ਼ਮ ਹੈ ਤੇ ਉਹਦੇ ਨਾਲ ਹੱਥ ਕੜੀ ਬੰਨਿਆ ਕੈਦੀ ਹੈ ਜਿਹੜੇ ਕਿ ਦੋਨੋਂ ਸ਼ਰਾਬ ਪੀਂਦੇ ਹੋਏ ਵੀਡੀਓ ਹੈ ਵਾਇਰਲ ਹੋ ਰਹੀ ਹੈ ਕਿ ਮਾਮਲਾ ਹੈ ਦੱਸ ਦਿਓ ਉਹ ਅਜੇ ਪਤਾ ਨਹੀਂ ਸਾਨੂੰ ਕੋਈ ਜ਼ਿਆਦਾ ਲੱਗਾ ਫਿਰ ਵੀ ਪਤਾ ਕਰਦੇ ਹਾਂ ਵੀ ਜਲੰਧਰ ਦੀ ਹੈ ਜਾਂ ਲੁਧਿਆਣੇ ਦੀ ਹੈ ਜਾਂ ਪਟਿਆਲੇ ਕਿਹੜੇ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਉਹ ਵੈਰੀਫਾਈ ਕਰਦੇ ਹਾਂ ਜੀ ਵੀਡੀਓ ਤਾਂ ਜਲੰਧਰ ਜ਼ਿਲ੍ਹੇ ਦੀ ਜਲੰਧਰ ਦੇ ਬੱਸ ਸਟੈਂਡ ਦੀ ਹੈ ਕੋਈ ਨਹੀਂ ਜੀ ਇੱਥੋਂ ਦੀ ਵੈਰੀਫਾਈ ਕਰ ਲੈਂਦੇ ਸਾਡੇ ਤੱਕ ਅਜੇ ਤੱਕ ਕੋਈ ਇਹੋ ਜਿਹੀ ਗੱਲਬਾਤ ਨਹੀਂ ਉੱਥੇ ਇਸ ਦੀ ਸਾਰੀ ਜਾਣਕਾਰੀ ਜਲੰਧਰ ਦੇ ਥਾਣੇ ਨੂੰ ਦਿੱਤੀ ਗਈ ਤੇ ਉੱਥੇ ਹੀ ਪੁਲਿਸ ਇੰਚਾਰਜ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਇਹ ਵੀਡੀਓ ਸ਼ਾਇਦ ਜਲੰਧਰ ਤੇ ਲੁਧਿਆਣੇ ਦੀ ਹੈ ਤੇ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਸਸ਼ੀ ਕਾਲ ਜੀ ਸਵਾਗਤ ਹੈ ਰੋਜ਼ਾਨਾ ਟਾਈਮ 'ਚ ਨਸ਼ੇ ਤਸਕਰ ਦਿਨੋ ਦਿਨ ਵਾਧੇ ਜਾ ਰਹੇ ਨੇ ਪਰ ਸਰਕਾਰ ਅਤੇ ਪੁਲਿਸ ਦਾ ਕੰਮ ਹੁੰਦਾ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਪਰ ਕੁਝ ਪੁਲਿਸ ਅਧਿਕਾਰੀ ਇਸ ਅਹੁਦੇ ਦਾ ਨਾਮ ਹੀ ਖਰਾਬ ਕਰਦੇ ਨੇ ਤੇ ਉੱਥੇ ਹੀ ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪੁਲਿਸ ਅਧਿਕਾਰੀ ਤੇ ਕੈਦੀ ਦੀ ਵੀਡੀਓ ਕਾਫੀ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਤੇ ਕੈਦੀ ਦੇ ਹੱਥ ਕੜੀਆਂ ਪਾਈਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਸ ਅੱਡੇ ਦੀ ਪੁਲਿਸ ਮੁਲਾਜ਼ਮ ਹੈ ਤੇ ਉਹਦੇ ਨਾਲ ਹੱਥ ਕੜੀ ਬੰਨਿਆ ਕੈਦੀ ਹੈ ਜਿਹੜੇ ਕਿ ਦੋਨੋਂ ਸ਼ਰਾਬ ਪੀਂਦੇ ਹੋਏ ਵੀਡੀਓ ਹੈ ਵਾਇਰਲ ਹੋ ਰਹੀ ਹੈ ਕਿ ਮਾਮਲਾ ਹੈ ਦੱਸ ਦਿਓ ਉਹ ਅਜੇ ਪਤਾ ਨਹੀਂ ਸਾਨੂੰ ਕੋਈ ਜ਼ਿਆਦਾ ਲੱਗਾ ਫਿਰ ਵੀ ਪਤਾ ਕਰਦੇ ਹਾਂ ਵੀ ਜਲੰਧਰ ਦੀ ਹੈ ਜਾਂ ਲੁਧਿਆਣੇ ਦੀ ਹੈ ਜਾਂ ਪਟਿਆਲੇ ਕਿਹੜੇ ਜ਼ਿਲ੍ਹੇ ਦੇ ਬੱਸ ਸਟੈਂਡ ਦੀ ਉਹ ਵੈਰੀਫਾਈ ਕਰਦੇ ਹਾਂ ਜੀ ਵੀਡੀਓ ਤਾਂ ਜਲੰਧਰ ਜ਼ਿਲ੍ਹੇ ਦੀ ਜਲੰਧਰ ਦੇ ਬੱਸ ਸਟੈਂਡ ਦੀ ਹੈ ਕੋਈ ਨਹੀਂ ਜੀ ਇੱਥੋਂ ਦੀ ਵੈਰੀਫਾਈ ਕਰ ਲੈਂਦੇ ਸਾਡੇ ਤੱਕ ਅਜੇ ਤੱਕ ਕੋਈ ਇਹੋ ਜਿਹੀ ਗੱਲਬਾਤ ਨਹੀਂ ਤੇ ਉੱਥੇ ਇਸ ਦੀ ਸਾਰੀ ਜਾਣਕਾਰੀ ਜਲੰਧਰ ਦੇ ਥਾਣੇ ਨੂੰ ਦਿੱਤੀ ਗਈ ਤੇ ਉੱਥੇ ਹੀ ਪੁਲਿਸ ਇੰਚਾਰਜ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਇਹ ਵੀਡੀਓ ਸ਼ਾਇਦ ਜਲੰਧਰ ਤੇ ਲੁਧਿਆਣੇ ਦੀ ਹੈ ਤੇ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ